आप देख रहे हैं आपका अपना सिटी चैनल।
Thank you.
ਉੱਚ ਭਗਵਾਨਾ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਣਾ ਅੰਮ੍ਰਿਤ ਸਿਖਾ ਪਿਲਾਇਆ ਜੇਤਾ ਸਮੁੰਦਰ ਸਾਗਰ ਨੇ ਭਰਿਆ ਤੇ ਅਗੁਣ ਹਮਾਰੇ ਦਇਆ ਕਰੋ ਕਿਚ ਮੇਰ ਉਪਾਓ ਡੁੱਬਦੇ ਪੱਥਰ ਤਾਰੇ ਸੋ ਪਟਲ ਗੁਰ ਸੇਵੀਐ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਵਤ ਕਸਮ ਦੀ ਨੂਰ ਅਰਸੋਂ ਕੁਰਸੋਂ ਤੋ ਡਿਠੇ ਸੁੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸ਼ੀਰਸ਼ਾਹ ਦੈ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਸ੍ਰੀ ਮਹਲਾ ਪੰਜਵਾਂ ਕੋਈ ਜਨ ਹਰਸ਼ੋ ਦੇਵੈ ਜੋਰ ਚਰਨ ਦੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਕੋਈ ਜਨ ਹਰਸ਼ੋ ਦੇਵੈ ਜੋਰ ਚਰਨ ਦੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਉ ਚਿਤ ਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਨਾਨਕ ਕੋ ਪ੍ਰਭ ਨਾਨਕ ਬੰਧਨ ਛੋੜ। ਆਪ ਸਾਰੇ ਚੰਬਾ ਨਿਵਾਸੀ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਜੋ ਇਸ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਜਿਹੜਾ ਕਿ ਬਾਬਾ ਨਾਨਕ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਨੂੰ ਸਮਰਪਿਤ ਹੈ। ਇਹ ਗੁਰਮਤਿ ਸਮਾਗਮ ਕਈ ਸਾਲਾਂ ਤੋਂ ਚੰਬਾ ਨਿਵਾਸੀ ਸਾਰੀ ਸਾਧ ਸੰਗਤ ਰਲ ਮਿਲ ਕੇ ਮਨਾਉਂਦੀ ਹੈ। ਇਸ ਸਾਲ ਵੀ ਬਾਬਾ ਸ਼੍ਰੀ ਚੰਦ ਸੇਵਾ ਸਮਿਤੀ ਦੇ ਮੈਂਬਰਾਂ ਨੇ ਬਹੁਤ ਮਿਹਨਤ ਕਰਕੇ ਅੱਜ ਫਿਰ ਆਪ ਸਭ ਨੂੰ ਸ਼ਮੂਲੀਅਤ ਦਿਲਵਾਈ ਹੈ ਇਸ ਪੰਡਾਲ ਵਿੱਚ, ਇਸ ਮਹਾਨ ਕੀਰਤਨ ਸਮਾਗਮ ਅਤੇ ਗੁਰਮਤਿ ਸਮਾਗਮ ਵਿੱਚ। ਹੁਣੇ ਹੁਣੇ ਭਾਈ ਸਾਹਿਬ ਨੇ ਹੁਕਮਨਾਮਾ ਲਿਆ, ਆਪ ਸਭ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਅਵਤਾਰ ਜਿਨ੍ਹਾਂ ਤੋਂ ਵੱਡੇ ਸਾਡੇ ਸਿੱਖਾਂ ਵਾਸਤੇ ਇਸ ਵੇਲੇ ਕੋਈ ਵੀ ਨਹੀਂ ਹਨ, ਮੌਜੂਦਾ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਬੈਠੇ ਹੋ, ਆਪ ਸਭ ਇੱਕ ਵਾਰੀ ਫਿਰ ਵਧਾਈ ਦੇ ਪਾਤਰ ਹੋ। ਥੋੜ੍ਹੀ ਦੇਰ ਵਿੱਚ ਰਹਿਰਾਜ ਸਾਹਿਬ ਦਾ ਪਾਠ ਸ਼ੁਰੂ ਹੋਏਗਾ, ਉਸ ਤੋਂ ਉਪਰੰਤ ਜੋ ਵੀ ਪ੍ਰੋਗਰਾਮ ਹੋਏਗਾ ਦਾਸ ਸਾਹਿਬ ਜੀ ਨੂੰ ਸੁਨੇਹਾ ਦਿੰਦਾ ਰਹੇਗਾ। ਅਤੇ ਆਪ ਸਭ ਨੇ ਮੈਂ ਬੇਨਤੀ ਕਰਾਂਗਾ, ਬਾਹਰ ਜਿਹੜੇ ਇਸ ਤਰ੍ਹਾਂ ਹੀ ਘੁੰਮ ਫਿਰ ਰਹੇ ਨੇ ਉਹ ਪੰਡਾਲ ਵਿੱਚ ਆ ਕੇ ਸ਼ਾਮ ਦੀ ਪ੍ਰੇਅਰ ਰਹਿਰਾਜ ਸਾਹਿਬ ਉਹਦੇ ਵਿੱਚ ਸ਼ਾਮਿਲ ਹੋਣ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ। ਮੈਂ ਇੱਕ ਵਾਰੀ ਫਿਰ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਉਹ ਪੰਡਾਲ ਵਿੱਚ ਸੱਜ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖਰਾਰਾਲਾ ਖਲਖਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਸੋ ਦਾਰਾ ਕਾਸਾ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਦਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿਸ਼ੋ ਕਹੀਆਂ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਵੈ ਸੰਤਰ ਗਾਵੇ ਰਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਨਾ ਸਵਾਰੇ ਗਾਵਨ ਤੁਧਨੋ ਇੰਦਰ ਲਾਸਨ ਬੈਠੇ ਦੇਵਤੀਆਂ ਕਰਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਪੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਡਕੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅਰਸ਼ਣ ਕੀਰਤ ਨਾਲੇ ਗਾਵਨ ਤੁਧਨੋ ਜੋਧਮਾ ਵਰਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਜਿਤਨਾ ਵੰਨਾ ਨਾ ਕਿਆ ਵਿਚਾਰੇ ਸੋਈ ਸੋਈ ਸੋ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕੁਫਲੂ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਹ ਪਤ ਸਾਹਿਬ ਨਾਨਕ ਰਹਿਣ ਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਹੋਏ ਕੀ ਵੱਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਈ ਕੀਮਤ ਪਾਈ ਗਿਆਨੀ ਗਿਆਨੀ ਗੁਰ ਗੁਰਾਈ ਕਹਿਣ ਨਾ ਜਾਏ ਤੇਰੇ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦ ਵੀ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਪਰੇ ਤੇਰੇ ਭੰਡਾਰਾ ਜਿਸ ਤੋਂ ਦੈਂ ਕਿਸੈ ਕੈ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਸੱਚੇ ਨਾਮ ਕੀ ਲਾਗੈ ਭੋਖ ਭੁੱਖੈ ਖਾਏ ਚਲੀਐ ਦੋਖ ਸੋ ਕਿਉਂ ਬਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਇ ਰਹੋ ਸੱਚੇ ਨਾਮ ਕੀ ਤਿਲ ਵਡਿਆਈ ਅੱਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਨ ਹੋਵੇ ਘਾਟ ਨਾ ਜਾਏ ਨਾ ਮਰੈ ਨਾ ਹੋਵੇ ਸੋਗ ਦਿੰਦਾ ਵੈ ਵਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ 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 ਸਰਣਾਈ ਕਰ ਦਿਆਨਾ ਪ੍ਰਗਾਸ ਮੇਰੇ ਮੀਤ ਗੁਰਦੇ ਮੁਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਸ
Thank you.
ਨੰਦਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਪ੍ਰਕਾਸ਼ ਪਰਬ ਪਰ ਜੁੜੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਇਨ ਸਾਰੀ ਸੰਗਤ ਕੋ ਚੜ੍ਹਦੀ ਕਲਾ ਬਖਸ਼ੇ ਔਰ ਨੰਦਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਾ ਆਸ਼ੀਰਵਾਦ ਬਣਾ ਰਹੇ। ਬਹੁਤ ਸਾਰੇ ਐਸੇ ਮਨ ਹੋਤੇ ਹੈ ਕਿ ਉਹਨੇ ਕਿਸੀ ਸਤਸੰਗ ਮੇਂ ਜਾਣੇ ਸੇ ਨਹੀਂ ਰਹਿਤਾ, ਜੈਸੇ ਕੋਈ ਟੀਵੀ ਦੇਖ ਰਹਾ ਹੈ, ਕੋਈ ਬਿਜ਼ਨਸਮੈਨ ਹੈ। ਤੋ ਇਸ ਸ਼ਬਦ ਮੇਂ ਭਗਤ ਕਬੀਰ ਜੀ ਕਾ ਸ਼ਬਦ ਹੈ, ਮਨ ਨਾ ਡਿੱਗੇ ਤਨ ਕਾਹੇ ਕੋ ਡਰ ਆਏ। ਆਪਣੇ ਯਹਾਂ ਕੁਛ ਲੋਕ ਐਸੇ ਦੇਖੇ ਹੋਗੇ ਜਿਹਨੇ ਦੋ ਦੋ ਲੋਕ ਪਕੜ ਕੇ ਲਾਏ ਹੈ, ਤੋ ਉਨਕਾ ਮਨ ਜੋ ਹੈ ਨਾ ਉਹ ਗੁਰੂ ਕੇ ਚਰਨੋ ਮੇਂ ਹੈ, ਭਗਵਾਨ ਕੀ ਸ਼ਰਨ ਮੇਂ ਹੈ। ਤੋ ਇਸ ਸ਼ਬਦ ਮੇਂ ਭਗਤ ਕਬੀਰ ਜੀ ਕੋ ਨਹੀਂ ਛੋੜਾ ਗਿਆ ਥਾ ਵਕਤ ਕੇ ਸਹਿਜਾਦੋ ਨੇ। ਤੋ ਇਸ ਸ਼ਬਦ ਮੇਂ ਆਪ ਸਰਵਨ ਕਰੇ, ਬਹੁਤ ਅੱਛਾ ਸ਼ਬਦ ਹੈ। ਇਹ ਹਮੇਂ ਸਤਸੰਗ ਕੀ ਤਰਫ ਪ੍ਰੇਰਿਤ ਕਰਦਾ ਹੈ, ਇਸ ਤਰਫ ਜੋੜਦਾ ਹੈ, ਗੁਰੂ ਘਰ ਕੇ ਆਗੇ ਜੋੜਦਾ ਹੈ। ਮਨ ਨਾ ਡਿੱਗੇ ਆਏ।
Thank you.
ਜਲ ਥਲ ਰਾਖਨ ਹੈ ਰਘੁਨਾਥ। ਜਿਸ ਵੇਲੇ ਕੋਈ ਵੀ ਹੀਆ ਵਸੀਲਾ ਨਹੀਂ ਰਹਿੰਦਾ ਹੈ ਤੇ ਜੇ ਪਾਣੀ ਨਾਲ ਜੁੜੇ ਹੋ, ਜੇ ਅਕਾਲ ਪੁਰਖ ਨਾਲ ਜੁੜੇ ਹੋ, ਤਾਂ ਤੁਹਾਨੂੰ ਤੁਹਾਡੀ ਰਕਸ਼ਾ ਆਪ ਅਕਾਲ ਪੁਰਖ ਪਰਮਾਤਮਾ ਕਰਦਾ ਹੈ। ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ। ਆਪ ਜੀ ਸਾਰੇ ਜਾਣਦੇ ਹੋ ਸੁਰਗਾਣੀ 'ਚ ਬਾਬਾ ਜੀ ਹੁੰਦੇ ਸਨ ਜਿਹੜੇ ਅਕਾਲ ਚਲਾਣਾ ਕਰ ਗਏ ਨੇ ਕੁਝ ਸਮਾਂ ਪਹਿਲਾਂ। ਉਹ ਮੈਨੂੰ ਇੱਕ ਦਿਨ ਸੁਣਾ ਰਹੇ ਸੀ ਕਿ ਇੱਕ ਬੱਚਾ ਪਿੰਡ ਦਾ, ਕਿਉਂਕਿ ਸੁਰਗਾਣੀ ਪਿੰਡ ਹੈ ਛੋਟਾ ਜਿਹਾ ਅਤੇ ਉੱਥੇ ਕੋਈ ਗੁਰਬਾਣੀ ਦੀ ਵਿਚਾਰਧਾਰਾ ਨਹੀਂ ਹੈ, ਫਿਰ ਵੀ ਉਹ ਬੱਚਾ ਜਿਹੜਾ ਬਹੁਤ ਜ਼ਿਆਦਾ ਬਿਮਾਰ ਸੀ ਅਤੇ ਹਰ ਹਸਪਤਾਲ ਤੋਂ ਉਹਨੂੰ ਨਾ ਮਿਲ ਗਈ ਕਿ ਇਹ ਹੁਣ ਬਚ ਨਹੀਂ ਸਕਦਾ। ਇੱਕ ਦਿਨ ਆਪਣੀ ਮਾਂ ਨਾਲ ਗੁਰਦੁਆਰੇ ਦੇ ਲਾਗੇ ਆਪਣੇ ਘਰ ਜਾ ਰਿਹਾ ਸੀ ਅਤੇ ਉਸਨੇ ਅਨੰਦ ਸਾਹਿਬ ਦੀ ਇੱਕ ਲਾਈਨ, ਇੱਕ ਤੁਕ ਸੁਣੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਇਹ ਚੀਜ਼ ਉਸ ਬੱਚੇ ਦੇ ਕੰਨਾਂ ਵਿੱਚ ਪਈ, ਉਹ ਆਪਣੀ ਮਾਂ ਨੂੰ ਕਹਿੰਦਾ, ਮੰਮੀ ਇਹ ਕੀ ਕਹਿ ਰਹੇ ਨੇ ਕਿ ਦੁੱਖ ਰੋਗ ਸਾਰੇ ਖਤਮ ਹੋ ਜਾਂਦੇ ਨੇ। ਮੈਂ ਉਹ ਘਟਨਾ ਨੂੰ ਯਾਦ ਕਰਦਾ, ਮੇਰੇ ਅੱਜ ਵੀ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਉਸ ਬੱਚੇ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਗੁਰਦੁਆਰੇ ਲੈ ਚਲੋ। ਉਹ ਗੁਰਦੁਆਰੇ ਆਏ, ਗੁਰਦੁਆਰਾ ਸਾਹਿਬ ਵਿਖੇ ਸਾਡੇ ਸ਼ਬਦ ਗੁਰੂ ਨੂੰ ਮੱਥਾ ਟੇਕਿਆ ਅਤੇ ਉਸ ਬੱਚੇ ਨੇ ਰੂਟੀਨ ਬਣਾ ਲਈ, ਜਦੋਂ ਵੀ ਕੀਰਤਨ ਸ਼ੁਰੂ ਹੁੰਦਾ ਸੀ ਉਹ ਗੁਰਦੁਆਰੇ ਆ ਕੇ ਬੈਠ ਜਾਂਦਾ ਸੀ। ਕਹਿੰਦੇ ਕੁਛ ਦਿਨਾਂ ਬਾਅਦ ਆਹਿਸਤਾ ਆਹਿਸਤਾ ਉਸਦੇ ਸਾਰੇ ਰੋਗ ਦੂਰ ਹੋ ਗਏ, ਉੱਥੇ ਨਵਾਂ ਨਰੋਆ ਹੋ ਗਿਆ। ਸੋ ਇਸ ਤਰ੍ਹਾਂ ਆਪ ਸਭ ਨੇ ਅੱਜ 530ਵਾਂ ਪ੍ਰਕਾਸ਼ ਪੁਰਬ ਬਾਬਾ ਸ਼੍ਰੀ ਚੰਦ ਜੀ ਦਾ ਮਨਾ ਰਹੇ ਹੋ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਉਹਨਾਂ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਬਾਬਾ ਸ਼੍ਰੀ ਚੰਦ ਸੇਵਾ ਸਮਿਤੀ ਦੇ ਮੈਂਬਰ ਅਤੇ ਆਪ ਸਭ ਦੇ ਸਹਿਯੋਗ ਨਾਲ, ਮੇਰਾ ਖਿਆਲ ਹੈ ਕੋਈ 14-15 ਸਾਲ ਹੋ ਗਏ, ਇਸੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਅਤੇ ਸਾਡੇ ਵਿੱਚ ਹਾਜ਼ਰ ਨੇ ਮਾਨਯੋਗ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ, ਗੁਰਦਾਸਪੁਰ ਵਾਲੇ, ਜਿਹੜੇ ਆਪ ਜੀ ਨੂੰ 1 ਘੰਟੇ ਵਾਸਤੇ ਕੀਰਤਨ ਨਾਲ ਜੋੜਨਗੇ। ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਪ੍ਰੋਗਰਾਮ ਹੋਏਗਾ, ਦਾਸ ਸਾਹਿਬ ਜੀ ਦੇ ਸਾਹਮਣੇ ਪੇਸ਼ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਣੀ
ਗੁਣ ਕਹਿ ਕਹਿ ਸਤਾਣੀ
Thank you.
मेरे राम मेरे राम
ਕੀਮਤੀ ਸਮਾਂ ਕੱਢ ਕੇ ਗੁਰੂ ਚਰਨਾਂ ਦੇ ਹਾਜ਼ਰੀ ਵਿੱਚ ਪਾ ਰਹੇ ਹੋ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਲੱਗਤੇ ਜਿਗਰ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੀ ਆਗਮਨ ਪੁਰਬ ਦੇ ਜਨਮ ਦਿਹਾੜੇ 'ਤੇ ਆਪ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦਾ ਸਪੁੱਤਰ ਦਿਹਾੜਾ ਮਨਾ ਰਹੇ। ਸੋ ਜਿੱਥੇ ਆਪਾਂ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਚਰਨਾਂ ਦੇ ਵਿੱਚ ਜੁੜੇ ਹਾਂ, ਆਪਾਂ ਉਸ ਅਕਾਲ ਪੁਰਖ ਦੀ ਪੁਸਤਕ ਕਰਨੀ ਹੈ ਸਾਰਿਆਂ ਨੇ ਰਲ ਮਿਲ ਕੇ। ਆਪ ਜੀ ਨੇ ਜਿਸ ਤਰ੍ਹਾਂ ਪਹਿਲਾਂ ਸ਼ਬਦ ਸਰਵਨ ਕੀਤਾ ਹੈ, ਹਮ ਸੰਤਨ ਕੀ ਰੇਹ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਗੁਰ ਸਤਾਨ, ਸੰਤ ਹਮਾਰਾ ਗਹਿਣਾ। ਆਪਾਂ ਉਹਨਾਂ ਸਾਧੂ ਸੰਤਾਂ ਭਗਤਾਂ ਮਹਾਂਪੁਰਸ਼ਾਂ ਦੀ ਪ੍ਰਥਾ ਵਿੱਚ ਸਾਰੇ ਸ਼ਬਦ ਆਪ ਜੀ ਨੂੰ ਸਰਵਨ ਕਰਵਾਉਣਗੇ। ਸੋ ਉਹਨਾਂ ਦੀ ਉਸਤਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਆਪ ਜੀ ਦੇ ਨਾਲ ਸਾਰੇ ਸ਼ਬਦਾਂ ਦੀ ਸਾਂਝ ਕੀਤੀ ਜਾਵੇਗੀ। ਸੋ ਆਓ ਸਾਰੇ ਰਲ ਮਿਲ ਕੇ ਨਾਲ ਨਾਲ ਜ਼ਰੂਰ ਗਾਇਨ ਕਰਿਆ ਕਰੋ ਸ਼ਬਦ ਨੂੰ, ਤਾਂ ਕਿ ਸਾਡੀ ਸੁਰਤ ਜਿਹੜੀ ਹੈ ਸ਼ਬਦ ਦੇ ਵਿੱਚ ਜੁੜੀ ਰਹੇ। ਸੋ ਬੜਾ ਪਿਆਰਾ ਸ਼ਬਦ ਹੈ, ਮੇਰੇ ਰਾਮ ਹਰ ਜਨ ਕੈ ਹਉ ਬਲ ਜਾ, ਕੇਸਾਂ ਕਰ ਕਰ ਚਮਰ ਢਲਾਵਾਂ, ਚਰਨ ਧੂੜ ਮੁੱਖ ਲਾ। ਐਸੇ ਸੰਤ ਜਨਾਂ ਦੀ ਚਰਨਾਂ ਦੀ ਧੂੜ ਮਿਲ ਜਾਵੇ ਜੋ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜੇ ਹਨ ਅਤੇ ਜੋੜਦੇ ਹਨ। ਸੋ ਆਓ ਸਾਰੇ ਰਲ ਕੇ ਇਹ ਸ਼ਬਦ ਆਪਾਂ ਸਾਰੇ ਨਾਲ ਗਾਇਨ ਕਰਿਆ ਕਰੋ, ਵੀ ਮੇਰੇ ਰਾਮ ਹਰ ਜਨ ਕੈ ਹਉ ਬਲ ਜਾ, ਮੇਰੇ ਰਾਮ ਮੇਰੇ ਰਾਮ। ਚਲੋ
ਮਿਲਾਏ
ਜਨਮ ਮਰਨ ਦੋਹੇ ਨਾਲ ਜਨਮ ਪਾਰੀ ਆਏ।
मेरे राम
ਚਰਣੀ ਚਿਤ ਰਾਏ
ਮਹਾਨ ਸੰਤ ਤਪਸਵੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਜਿਨ੍ਹਾਂ ਦਾ ਆਪ ਸਾਰੇ ਪ੍ਰਗਟੋਤਸ ਜਨਮ ਉਤਸਵ ਮਨਾ ਰਹੇ ਹੋ ਅਤੇ ਗੁਰਮਤਿ ਸਮਾਗਮ ਉਸੇ ਸੰਦਰਭ ਵਿੱਚ ਰੱਖਿਆ ਹੈ, ਮੈਂ ਆਪ ਸਭ ਨੂੰ ਇੱਕ ਵਾਰੀ ਫਿਰ ਬਾਬਾ ਸ਼੍ਰੀ ਚੰਦ ਜੀ ਦੇ ਆਗਮਨ ਦੀ ਵਧਾਈ ਦਿਆਂਗਾ। ਬਾਬਾ ਸ਼੍ਰੀ ਚੰਦ ਜੀ ਬਚਪਨ ਤੋਂ ਹੀ ਸੰਤ ਸੁਭਾਅ ਦੇ ਸਨ, ਇਹ ਵੱਖਰੀ ਗੱਲ ਹੈ। ਉਹਨਾਂ ਨੇ ਗੁਰੂ ਮਤ ਤੋਂ ਥੋੜ੍ਹਾ ਹਟ ਕੇ ਉਦਾਸੀ ਸੰਪਰਦਾਇ ਚਲਾਇਆ ਸੀ। ਉਹਨਾਂ ਦਾ ਜਨਮ 8 ਸਤੰਬਰ 1494 ਨੂੰ, ਅਤੇ ਇਤਿਹਾਸਕਾਰ ਕਈ ਜਗ੍ਹਾ ਉਹਨਾਂ ਦਾ ਸਰੀਰ ਤਿਆਗਣ ਦਾ ਸਮਾਂ 1629 ਦਾ ਦੱਸਦੇ ਹਨ, ਜਿਸ ਕਰਕੇ ਉਹਨਾਂ ਦੀ ਕਰੀਬ ਕਰੀਬ ਆਯੂ 134 ਸਾਲ ਬਣਦੀ ਹੈ। ਅਤੇ ਜਦੋਂ ਉਹ ਚੰਬੇ ਆਏ, ਦੂਸਰੇ ਇਤਿਹਾਸਕਾਰ ਨੇ ਇਹ ਦੱਸਿਆ ਹੈ ਕਿ ਜਦੋਂ ਉਹ ਸ਼ਿਲਾ 'ਤੇ ਉੱਡ ਕੇ ਆਏ, ਉਹ ਸ਼ਿਲਾ ਦੇ ਦਰਸ਼ਨ ਆਪ ਸਾਰੇ ਕਰਦੇ ਹੋ, ਉਸ ਤੋਂ ਬਾਅਦ ਜਿਹੜੀ ਯਾਤਰਾ ਅੱਜ ਕੱਲ੍ਹ ਚੱਲ ਰਹੀ ਸੀ, ਅੱਜ ਹੀ ਸਮਾਪਤ ਹੋਈ ਮਨੀਮਹੇਸ਼, ਉੱਥੇ ਜਾ ਕੇ ਗਨਛੋਹ ਤੋਂ ਬਾਅਦ ਉਹਨਾਂ ਦੀ ਜੀਵਨ ਯਾਤਰਾ ਬਾਰੇ ਕੋਈ ਦ੍ਰਿਸ਼ਟਾਂਤ ਨਹੀਂ ਮਿਲਦਾ ਹੈ। ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਕਰੀਬ ਕਰੀਬ 3 ਸਾਲ ਇਹਨਾਂ ਤੋਂ ਛੋਟੇ ਸਨ। ਮੈਂ ਬਾਬਾ ਲਖਮੀ ਦਾਸ ਦਾ ਜ਼ਿਕਰ ਇਸ ਵਾਸਤੇ ਕਰ ਰਿਹਾ ਹਾਂ ਕਿ ਪਿਛਲੇ ਸਾਲ ਇਹ ਪਰਵ ਹੋਣ ਤੋਂ ਬਾਅਦ ਇੱਕ ਬਜ਼ੁਰਗ ਆਦਮੀ ਨੇ ਮੈਨੂੰ ਕਿਹਾ ਕਿ ਬਾਬਾ ਸ਼੍ਰੀ ਚੰਦ ਦੀ ਗੱਲਾਂ ਤੁਸੀਂ ਕਰਦੇ ਹੋ, ਉਹਨਾਂ ਦੇ ਇੱਕ ਭਰਾ ਬਾਬਾ ਲਖਮੀ ਦਾਸ ਵੀ ਸਨ, ਉਹਨਾਂ ਦਾ ਕੀ ਬਣਿਆ, ਉਹਨਾਂ ਬਾਰੇ ਕਦੀ ਨਹੀਂ ਦੱਸਿਆ। ਉਹਨਾਂ ਨੇ 58 ਸਾਲ ਦੀ ਉਮਰ ਵਿੱਚ ਬੜਾ ਕੁਛ ਕੀਤਾ, ਪਰ ਉਹ ਉਦਾਸੀ ਸੰਪਰਦਾਇ ਵਿੱਚ ਨਹੀਂ ਆਏ। ਉਹਨਾਂ ਨੇ ਆਪਣਾ ਇੱਕ ਸੰਪਰਦਾ ਸ਼ੁਰੂ ਕੀਤਾ ਸੀ ਮਤ, ਉਸਨੂੰ ਜਗਿਆਸੀ ਮਤ ਕਿਹਾ ਜਾਂਦਾ ਹੈ। ਉਹ ਗ੍ਰਹਿਸਥ ਵੀ ਸਨ, ਉਹਨਾਂ ਦੀ ਸ਼ਾਦੀ ਵੀ ਹੋਈ ਸੀ, ਅਤੇ ਉਹਨਾਂ ਦਾ ਪੁੱਤਰ ਧਰਮਦਾਸ ਸੀ, ਜਿਸ ਨੂੰ ਬਾਬਾ ਸ਼੍ਰੀ ਚੰਦ ਨੇ ਆਪਣੀ ਦੇਖ ਰੇਖ ਵਿੱਚ ਰੱਖਿਆ। ਅਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦੇ ਜਨਮ ਤੋਂ ਬਾਅਦ ਪਹਿਲੀ ਉਦਾਸੀ 'ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਤਾਂ ਮਾਤਾ ਸੁਲੱਖਣੀ ਨੇ ਰੰਧਾਵਾ ਪਖੋਕਾ ਉੱਥੇ ਆਪਣੇ ਮਾਇਕੇ ਬੱਚਿਆਂ ਨੂੰ ਲੈ ਕੇ ਗਏ, ਅਤੇ ਬਾਬਾ ਸ਼੍ਰੀ ਚੰਦ ਦੀ ਉੱਥੇ ਹੀ ਐਜੂਕੇਸ਼ਨ ਹੋਈ, ਅਤੇ 11 ਸਾਲ ਦੀ ਉਮਰ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਪੁਰਸ਼ੋਤਮ ਕੌਲ ਜੀ ਦੇ ਕੋਲ ਸ਼੍ਰੀਨਗਰ ਭੇਜਿਆ ਗਿਆ। ਉੱਥੇ ਉਹਨਾਂ ਨੇ ਸੰਸਕ੍ਰਿਤ ਦਾ ਗਿਆਨ ਹਾਸਲ ਕੀਤਾ, ਅਤੇ ਉਸ ਤੋਂ ਬਾਅਦ ਅਵਿਨਾਸ਼ ਮੁਨੀ ਜੀ ਤੋਂ ਉਹਨਾਂ ਨੇ ਯੋਗ ਦੀ ਸ਼ਿਕਸ਼ਾ ਲਈ, ਅਤੇ ਉਸ ਤੋਂ ਬਾਅਦ ਗੁਰਮਤਿ ਦਾ ਵੀ ਕਾਫੀ ਪ੍ਰਚਾਰ ਕੀਤਾ, ਜਗ੍ਹਾ ਜਗ੍ਹਾ ਗਏ, ਗੋਸ਼ਟੀਆਂ ਕੀਤੀਆਂ, ਅਤੇ ਨਾਲ ਹੀ ਨਾਲ ਆਪਣੇ ਉਦਾਸੀ ਸੰਪਰਦਾਇ ਵਿੱਚ ਹੀ ਰਹੇ, ਅਤੇ ਉਹ ਗ੍ਰਸਥ ਨਹੀਂ ਬਣੇ। ਬਾਬਾ ਲਖਮੀ ਦਾਸ ਦਾ ਬੇਟਾ ਧਰਮਦਾਸ, ਉਹਨਾਂ ਦੀ ਸ਼ਾਦੀ ਪਤਨੀ ਲਾਜਵੰਤੀ ਨਾਲ ਹੋਈ। ਉਹਨਾਂ ਦੇ ਅੱਗੇ ਬੇਟੇ ਸਨ ਮਾਨਕ ਦਾਸ ਅਤੇ ਮੇਹਰ ਦਾਸ, ਫਿਰ ਬੇਦੀ ਖਾਨਦਾਨ ਚੱਲਦਾ ਗਿਆ, ਅਤੇ ਸਾਹਿਬ ਸਿੰਘ ਬੇਦੀ, ਫਿਰ ਖੇਮ ਸਿੰਘ ਬੇਦੀ, ਇਸ ਤਰ੍ਹਾਂ ਕਈ ਪੀੜ੍ਹੀਆਂ ਚੱਲੀਆਂ। ਅਤੇ ਅੱਜ ਜਿਹਨੇ ਆਪ ਸਭ ਨੇ ਦਰਸ਼ਨ ਕੀਤੇ ਵੀ ਹੋਣਗੇ, ਬਾਬਾ ਬਲਬੀਰ ਸਿੰਘ ਬੇਦੀ ਜੀ ਆਏ ਸਨ, ਜਿਨ੍ਹਾਂ ਨੇ ਮਸ਼ੀਨਾਂ ਅਤੇ ਕੰਬਲਾਂ ਦਾ ਇੱਥੇ ਬਟਵਾਰਾ ਕੀਤਾ ਗਰੀਬ ਲੋੜਵੰਦ ਲੋਕਾਂ ਵਾਸਤੇ। ਉਹ ਹਰ ਸਾਲ ਆਉਂਦੇ ਹਨ, ਅਤੇ
ਬਾਬਾ ਸ਼੍ਰੀ ਚੰਦ ਜੀ ਦੇ ਜਨਮ ਉਤਸਵ 'ਤੇ ਉਹ ਆਪਣੀ ਵੱਲੋਂ ਕਾਫੀ ਕੁਛ ਕਰਦੇ ਹਨ। ਮੈਂ ਉਹਨਾਂ ਦਾ ਵੀ ਚੰਬਾ ਦੀ ਸੰਗਤ ਵੱਲੋਂ ਧੰਨਵਾਦੀ ਹਾਂ। ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲਵਾਂਗਾ। ਮੈਂ ਇੱਕ ਵਾਰੀ ਫਿਰ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਦਾ ਧੰਨਵਾਦੀ ਹਾਂ ਅਤੇ ਆਪਣੇ ਹਜ਼ੂਰੀ ਰਾਗੀ ਜੱਥੇ ਭਾਈ ਸਾਹਿਬ ਦਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਨੂੰ ਬੇਨਤੀ ਕਰਾਂਗਾ ਕਿ ਛੋਟਾ ਜਿਹਾ ਸ਼ਬਦ ਦੋ ਲਾਈਨਾਂ ਦਾ ਉਚਾਰਨ ਕਰਕੇ ਅਨੰਦ ਸਾਹਿਬ ਦਾ ਪਾਠ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਣਾ ਹਮ ਸੰਤਨ ਕੀ ਰੇਨ ਪਿਆ
ਸਾਰੀ ਸੰਗਤ ਨੂੰ ਬਹੁਤ ਹੀ ਲੱਖ ਲੱਖ ਵਾਰ ਵਧਾਈਆਂ ਹੋਣ ਜੀ। ਬਹੁਤ ਹੀ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਦਾ ਹੁਕਮ ਕੀਤਾ ਸੀ। ਆਓ ਅਨੰਦ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਬੇਨਤੀ ਜੋਦੜੀ ਕਰਨੀ ਹੈ। ਆਓ ਸਾਰਿਆਂ ਨੇ ਕਿਰਪਾ ਕਰਨੀ ਜੀ। ਉਹ ਸਾਚੇ
ਨਿਓਟੀਆਂ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਰਦਾਸ ਬੇਨਤੀ ਜੋੜੀ ਹੈ। ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਮਿਲਾਏ। ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਪ ਜੀ ਨੇ ਪਿਤਾ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇ ਗ੍ਰਹਿ ਵਿਖੇ ਅਵਤਾਰ ਧਾਰੇ ਆ। ਆਪ ਜੀ ਦਾ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਸਮੂਹ ਬਾਬਾ ਸ੍ਰੀ ਚੰਦ ਸਮਿਤੀ ਵੱਲੋਂ ਆਪ ਜੀ ਦੇ ਕਿਰਪਾ ਸਦਕੇ ਖੁੱਲ੍ਹੇ ਪੰਡਾਲ ਵਿੱਚ ਆਪ ਜੀ ਦੇ ਮਹਾਨ ਪ੍ਰਕਾਸ਼ ਕੀਤੇ, ਉਪਰੰਤ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਦੇ ਜਾਪ, ਉਪਰੰਤ ਅਨੰਦ ਸਾਹਿਬ ਦੇ 6 ਪੌੜੀਆਂ ਦੇ ਜਾਪ ਹੋਏ। ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਕੀਰਤਨ ਕਰਦੇ ਹਾਂ, ਜਾਪ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਬੀਤਦੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਪੜ੍ਹੀ ਸੁਣੀ ਬਾਣੀ ਸੱਚਖੰਡ ਕੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਪੁੰਨ ਫਲ ਸਮੂਹ ਸੰਗਤਾਂ ਨੂੰ ਸੇਵਾਦਾਰਾਂ ਨੂੰ ਬਖਸ਼ਿਸ਼ ਕਰਨਾ, ਖੇੜੇ ਬਖਸ਼ਿਸ਼ ਕਰਨੇ, ਖੁਸ਼ੀਆਂ ਬਖਸ਼ਿਸ਼ ਕਰਨੀਆਂ, ਅਰਦਾਸ ਦਰ ਤੇ ਪ੍ਰਵਾਨ ਕਰਨੀ, ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਰਹਿਮਤਾਂ ਕਰਨੀਆਂ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰੂ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਪ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਸਮੂਹ ਸੰਗਤਾਂ ਨੇ ਇਸ ਪੰਡਾਲ ਵਿੱਚ ਖੁੱਲ੍ਹੇ ਹਾਲ ਵਿੱਚ ਆਪ ਜੀ ਦੀ ਕਿਰਪਾ ਸਦਕੇ ਸੇਵਾ ਕੀਤੀ, ਹਾਜ਼ਰੀ ਲਗਾਈ, ਸਮੂਹ ਸੰਗਤਾਂ ਦੀ ਸੇਵਾਦਾਰਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਅਰਦਾਸ ਦਰ ਤੇ ਪ੍ਰਵਾਨ ਕਰਨੀ, ਜਿਨ੍ਹਾਂ ਜਿਨ੍ਹਾਂ ਸੋ ਮਨੋਕਾਮਨਾ ਕਰਕੇ ਸੇਵਾ ਕੀਤੀ, ਸੋ ਮਨੋਕਾਮਨਾ ਪੂਰਾ ਕਰਨੀਆਂ, ਕਾਲ ਕੰਟਾ ਦੂਰ ਕਰਨੇ, ਆਪਣੇ ਚਰਣਾਂ ਨਾਲ ਜੋੜ ਕੇ ਰੱਖਣਾ, ਗੁਰੂ ਘਰ ਨਾਲ ਜੋੜ ਕੇ ਰੱਖਣਾ, ਬਾਣੀ ਨਾਲ ਜੋੜ ਕੇ ਰੱਖਣਾ, ਅੱਗੇ ਵਾਸਤੇ ਵੀ ਸਮੂਹ ਸੇਵਾਦਾਰਾਂ ਨੂੰ, ਸਮਿਤੀਆਂ ਨੂੰ ਆਪ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਉਪਰਾਲਾ, ਬਖਸ਼ਿਸ਼ ਕਰਨਾ, ਰਹਿਮਤਾਂ ਕਰਨੀਆਂ, ਅੰਗ ਸੰਗ ਹੋ ਕੇ ਕਿਰਪਾਲਤਾ ਕਰਨੀ, ਅਰਦਾਸ ਦਰ ਤੇ ਪ੍ਰਵਾਨ ਕਰਨੀ, ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸੋ ਮਨੋਕਾਮਨਾ ਪੂਰਨ ਕਰਨੀਆਂ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਸਮਿਤੀ ਵੱਲੋਂ ਗੁਰੂ ਘਰ ਦੀ ਬੇਟਾ, ਅਰਦਾਸ ਬੇਟਾ, ਕੀਰਤਨ ਬੇਟਾ, ਦਰਸ਼ਨ ਬੇਟਾ, ਉਪਰੰਤ ਹੋਰ ਤਿਲਪੂ ਭੇਟਾ ਪ੍ਰਸ਼ਾਦ ਹਾਜ਼ਰ, ਰਹਿਮਤਾਂ ਕਰਨੀਆਂ, ਜਿਨ੍ਹਾਂ ਖਜ਼ਾਨੋ ਮਾਇਆ ਆਈ, ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਾ ਦੋ ਕਰਨੇ, ਸਮੂਹ ਚੰਬਾ ਨਗਰ ਵਿੱਚ ਖੇੜੇ ਬਖਸ਼ਿਸ਼ ਕਰਨੇ, ਆਪਸ ਵਿੱਚ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਰਹਿਮਤਾਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਲਵੇਰੀ ਆਯੂ ਬਖਸ਼ਣੀ, ਗੁਰਸਿੱਖੀ ਦੀ ਦਾਤ ਗੁਰੂ ਘਰ ਨਾਲ ਜੋੜ ਕੇ ਰੱਖਣਾ, ਬਾਣੀ ਨਾਲ ਜੋੜ ਕੇ ਰੱਖਣਾ, ਅੰਗ ਸੰਗੋ ਕੇ ਕਿਰਪਾਲਤਾ ਕਰਨੀ, ਹਜ਼ੂਰੀ ਵਿੱਚ ਪਵਿੱਤਰ ਕੜਾਹ ਪ੍ਰਸ਼ਾਦ ਦੇਗ ਸਚਕੇ ਹਾਜ਼ਰ ਹੈ, ਆਪ ਜੀ ਦੇ ਦਰ ਤੇ ਪ੍ਰਵਾਨ ਹੋ, ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਹੀ ਵਰਤੇ, ਜੋ ਜੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ, ਪਰਿਵਾਰਾਂ ਵੱਲੋਂ ਆਪ ਜੀ ਦੇ ਵਾਸਤੇ ਰੁਮਾਲੇ ਪੁਛਾਕੇ ਹਾਜ਼ਰ ਹੈ, ਆਪ ਜੀ ਅੰਗੀਕਾਰ ਕਰੋ, ਸੁੰਦਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਤੇ ਸਮਰੱਥਾ ਬਖਸ਼ਿਸ਼ ਕਰਨੀ ਜੀ, ਜੋ ਜੀ ਆਪ ਜੀ ਦੇ ਦਰ ਤੇ ਆਵੇ, ਮਨੋ ਮੰਗੀਆਂ ਮੁਰਾਦਾਂ ਪਾਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ ਲਗ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਤੋਂ ਪੂਰਬ ਲਿਖਿਆ ਤਿਲ ਸਤਿਗੁਰ ਚਰਨ ਗਏ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸੰਗਠ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਦੋਰ ਚਰਨ ਗਹੋਂ ਬਕੋ ਸੁਬਰਸਨਾ ਦੀਜੈ ਹੈ ਪ੍ਰਾਣ ਅਕੋਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋਂ ਬਕੋ ਸੁਬਰਸਨਾ ਦੀਜੈ ਹੈ ਪ੍ਰਾਣ ਅਕੋਰ ਰਹਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾਸ ਜੋਰ ਯਾਰਸ ਮਹਿ ਮਗਨ ਹੋਤ ਕਿਰਪਾ ਤੇ ਮਹਾਂਬਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ
ਜਪੋ ਸਤਨਾਮ 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 ਜੀ ਵਾਹ